ਸਤਿ ਸ਼੍ਰੀ ਅਕਾਲ। ਕੱਲ ਰਾਤ ਜਿਸ ਤਰ੍ਹਾਂ ਦੇ ਨਾਲ ਇੱਕ ਹਾਦਸੇ ਦੀ ਤਸਵੀਰ ਬੇਹੱਦ ਦੁਖਦ ਸਾਹਮਣੇ ਆਈ, ਜਿਹਦੇ ਵਿੱਚ ਏਸੀਬੀ ਸੰਦੀਪ, ਉਹਨਾਂ ਦੇ ਗਨਮੈਨ ਜਿਹੜੇ ਨਾਲ ਪਰਮਜੋਤ ਤੇ ਉਹਨਾਂ ਦੇ ਜਿਹੜੇ ਡਰਾਈਵਰ ਹੈੱਡ ਕਾਂਸਟੇਬਲ ਸੀਗੇ, ਉਹ ਉਸ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਕਾਰ ਨੂੰ ਐਕਸੀਡੈਂਟ ਇੰਨਾ ਜ਼ਿਆਦਾ ਜ਼ਬਰਦਸਤ ਸੀਗਾ ਕਿ ਦੋਨੇ ਕਾਰਾਂ ਦੀ ਭਿੜੰਤ ਹੋਣ ਤੋਂ ਬਾਅਦ ਏਸੀਬੀ ਦੀ ਫੋਰਚੂਨਰ ਕਾਰ ਨੂੰ ਅੱਗ ਲੱਗ ਜਾਂਦੀ ਹੈ। ਉਦੋਂ ਬਾਅਦ ਦੇ ਵਿੱਚ ਤਸਵੀਰਾਂ ਤੁਹਾਨੂੰ ਅਸੀਂ ਉਹਨਾਂ ਦੇ ਚੰਡੀਗੜ੍ਹ ਘਰ ਦੀਆਂ ਦਿਖਾ ਰਹੇ ਹਾਂ, ਜਿੱਥੇ ਹਾਲਾਂਕਿ ਉਹਨਾਂ ਦੇ ਪਾਰਥਿਵ ਸਰੀਰ ਨੂੰ ਲਿਆਂਦਾ ਗਿਆ ਹੈਗਾ ਅਤੇ ਪਰਿਵਾਰ ਦੇ ਲੋਕ ਨੇ ਜਿਹੜੇ ਜਾਂ ਬਾਕੀ ਡਿਪਾਰਟਮੈਂਟ ਦੇ ਲੋਕ ਨੇਗੇ, ਉਹ ਉਹਨਾਂ ਨੂੰ ਆਖਰੀ ਸਲਾਮ ਕਰਨ ਵਾਸਤੇ ਆ ਰਹੇ ਨੇਗੇ। ਜਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਹੋਇਆ ਸਮਨਾਲ ਦੇ ਕੋਲੇ ਪੁਲ ਦੇ ਉੱਤੇ, ਤਾਂ ਆਮਣੋ ਸਾਹਮਣੇ ਸਕੋਰਪੀਓ ਅਤੇ ਫੋਰਚੂਨਰ ਦੀ ਜਿਹੜੀ ਆਪਸੀ ਤੌਰ 'ਤੇ ਭਿੜੰਤ ਹੁੰਦੀ ਆ, ਉਦੋਂ ਬਾਅਦ ਗੱਡੀ ਨੂੰ ਅੱਗ ਲੱਗ ਜਾਂਦੀ ਆ। ਅਤੇ ਸੰਦੀਪ ਦਾ ਜੇ ਕਿਹਾ ਜਾਵੇ 2019 ਦੇ ਵਿੱਚ ਪਹਿਲੀ ਵਾਰੀ ਪੋਸਟਿੰਗ ਹੈ ਜਿਹੜੀ ਉਹਨਾਂ ਦੀ ACP ਟ੍ਰੈਫਿਕ ਦੇ ਤੌਰ ਦੇ ਉੱਤੇ ਹੋਈ ਸੀਗੀ, ਅਤੇ PPSC ਦੇ ਜ਼ਰੀਏ ਸੰਦੀਪ ਸਿੰਘ ਜਿਹੜੇ ਨੇ DSP ਭਰਤੀ ਹੁੰਦੇ ਨੇ। ਹਾਲਾਂਕਿ ਉਦੋਂ ਬਾਅਦ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਦੇ ਨਾਲ ਅੱਜ ਉਹਨਾਂ ਨੂੰ ਅੰਤਿਮ ਵਧਾਈ ਦੇਣ ਵਾਸਤੇ ਡਿਪਾਰਟਮੈਂਟ ਦੇ ਲੋਕ, ਉਹਨਾਂ ਦੇ ਪਰਿਵਾਰ ਦੇ ਲੋਕ ਨੇ ਜਿਹੜੇ ਉਹ ਪਹੁੰਚੇ ਹੋਏ ਨੇ, ਅਤੇ ਉਹਦੇ ਨਾਲ ਨਾਲ ਜੇ ਗੱਲ ਕੀਤੀ ਜਾਵੇ ਨਾਲ ਹੀ ਉਹਨਾਂ ਦੇ ਜਿਹੜੀ, ਕਿਉਂਕਿ ਜਦੋਂ ਉਹਨਾਂ ਨੂੰ ਹੋਸਪਿਟਲ ਲਿਜਾਇਆ ਗਿਆ ਸਮਰਾਲੇ, ਤਾਂ ਉਸ ਸਮੇਂ ਦੇ ਦੌਰਾਨ ਸੰਦੀਪ ਸਿੰਘ ਅਤੇ ਉਹਨਾਂ ਦੇ ਜਿਹੜੇ ਨਾਲ ਗਨਮੈਨ ਸੀਗੇ, ਉਹ ਗਨਮੈਨ ਸੀ ਪਰਮਜੋਤ ਸਿੰਘ, ਉਹਨਾਂ ਦੀ ਖੈਰ ਡੈਥ ਹੋ ਗਈ ਸੀ। ਉਦੋਂ ਬਾਅਦ ਦੇ ਵਿੱਚ ਜਿਹੜੇ ਉਹਨਾਂ ਦੇ ਡਰਾਈਵਰ ਹੈੱਡ ਕੌਂਸਟੇਬਲ ਸੀਗੇ, ਉਹਨਾਂ ਦਾ ਹਾਲਾਂਕਿ ਅਜੇ ਚਿਰੇ ਇਲਾਜ, ਅਤੇ ਹਾਲਾਤ ਕਾਫੀ ਉਹਨਾਂ ਦੇ ਵੀ ਚਿੰਤਾਜਨਕ ਬਣੇ ਹੋਏ ਨੇ। ਗੁਰਪ੍ਰੀਤ ਸਿੰਘ ਜਿਹੜੇ ਕਿ ਬੇਹੱਦ ਗੰਭੀਰ ਰੂਪ ਦੇ ਵਿੱਚ ਗਾਇਲ ਹੋ ਜਾਂਦੇ ਨੇ। ਕਿਹਾ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਨਾਲ ਤੇਜ਼ ਰਫ਼ਤਾਰ ਦਾ ਇਹ ਮਾਮਲਾ ਸਾਹਮਣੇ ਆਇਆ, ਕਿਉਂਕਿ ਜਿਹੜਾ ਮਾਮਲਾ ਦਰਜ ਪੁਲਿਸ ਕਰਨ ਜਾ ਰਹੀ ਹੈ ਉਹਦੇ ਵਿੱਚ ਵੀ ਸਕੋਰਪੀਓ ਗੱਡੀ ਕਹਿੰਦੇ ਬੇਹੱਦ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਹਦੀ ਓਵਰ ਸਪੀਡ ਦੇ ਚੱਕਰ ਦੇ ਚੱਲਦੇ ਜਦੋਂ ਦੋਨਾਂ ਦੀ ਭਿੜੰਤ ਹੁੰਦੀ ਹੈ, ਤਾਂ ਮੌਕਾ ਨਿਗਾ ਮਿਲਦਾ ਹੈਗਾ ਕਿ ਉਹ ਗੱਡੀ 'ਚੋਂ ਨਿਕਲ ਸਕਣ, ਅਤੇ ਇਹ ਜਿਹੜਾ ਵਾਕਿਆ ਹੁੰਦਾ। ਹਾਲਾਂਕਿ ਸੰਦੀਪ ਸਿੰਘ ਦੀ ਜੇ ਗੱਲ ਕੀਤੀ ਜਾਵੇ ਤਾਂ ਸੰਦੀਪ ਇਦੋਂ ਪਹਿਲਾਂ ਸੰਗਰੂਰ ਵੀ ਪੋਸਟਡ ਸੀਗੇ, ਅਤੇ ਕੱਲ੍ਹ ਰਾਤ ਜਦੋਂ ਉਹ ਜਾ ਰਹੇ ਸੀ ਚੰਡੀਗੜ੍ਹ ਤੋਂ ਲੁਧਿਆਣੇ ਨੂੰ, ਉਸ ਸਮੇਂ ਦੇ ਦੌਰਾਨ ਇਹ ਹਾਦਸਾ ਆਉਂਦਾ। ਇਹ ਤਸਵੀਰ ਉਹਨਾਂ ਦੇ ਸੈਕਟਰ 22 ਦੇ ਘਰ ਦੀ ਹੈਗੀ, ਜਿੱਥੇ ਪਰਿਵਾਰ ਦੇ ਲੋਕ ਅਤੇ ਡਿਪਾਰਟਮੈਂਟ ਦੇ ਲੋਕ ਹਾਲਾਂਕਿ ਅੰਤਿਮ ਵਿਦਾਈ ਦੇਣਗੇ, ਪਰ ਨਾਲ ਨਾਲ ਇਹ ਵੀ ਵੱਡੇ ਤੌਰ 'ਤੇ ਸਵਾਲ ਹੋਣਗੇ ਪੁਲਿਸ ਇਨਵੈਸਟੀਗੇਸ਼ਨ ਦਾ ਰਹੂਗਾ ਕਿ ਭਿੜਕੇ ਕਾਰ ਨੂੰ ਆਖਿਰਕਾਰ ਅੱਗ ਕਿਵੇਂ ਦੀ ਲੱਗੀ, ਕਿਉਂ, ਕੀ ਵਿਚਾਰ ਨੇ ਜਿਹੜੇ ਉਹ ਭਵਿੱਖ ਦੇ ਵਿੱਚ ਕੀਤੇ ਜਾ ਸਕਦੇ ਨੇ। ਵੀਡੀਓ ਜਰਨਲਿਸਟ ਜਸਵੀਰ ਸਿੰਘ, ਰੋਜ਼ਾਨਾ ਸਪੋਰਟਸਮੈਨ TV, ਚੰਡੀਗੜ੍ਹ।